ਜੀਤ ਗਰੇਵਾਲ ਮੁਰਦਾਬਾਦ ਬੀਜੇਪੀ ਮੁਰਦਾਬਾਦ ਅੱਜ ਭਾਈ ਸਾਡੀ ਜਥੇਬੰਦੀਆਂ ਵੱਲੋਂ ਇੱਕ ਫੈਸਲਾ ਲਿਆ ਗਿਆ ਵੀ ਹਰਜੀਤ ਸਿੰਘ ਗਰੇਵਾਲ ਜਿਹੜਾ ਉਹਦੀ ਜ਼ਮੀਨ ਹੈ ਸਾਡੇ ਕੋਲ ਇੱਥੇ ਧਨੌਲੇ 'ਚ ਇਹ ਬਾਹਰੋਂ ਆਇਆ ਹੋਇਆ ਬਾਹਰ ਤੋਂ ਇਹਨੂੰ ਮਿਲੀ ਹੋਈ ਹੈ ਇਹ ਜ਼ਮੀਨ ਜਿਹਦੇ ਕੋਲ ਪਹਿਲਾਂ ਠੇਕੇ ਦਿੱਤੀ ਉਹਨੇ ਆਲਰੇਡੀ ਉਹਨੂੰ ਜਵਾਬ ਦਿੱਤਾ ਵੀ ਭਾਈ ਮੈਂ ਤੇਰਾ ਬਾਹਣ ਨਹੀਂ ਵਾਹੁਣਾ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ ਅਤੇ ਉਹ ਹੁਣ ਇਹ ਜਿਹੜਾ ਵੀ ਹੋਰ ਕੋਈ ਇਹ ਜ਼ਮੀਨ ਨੂੰ ਠੇਕੇ 'ਤੇ ਲਊਗਾ ਅਸੀਂ ਉਹਦਾ ਵਿਰੋਧ ਕਰਾਂਗੇ ਪਰ ਮੈਨੂੰ ਲੱਗਦਾ ਨਹੀਂ ਸਾਡੇ ਵੀ ਕੋਈ ਇਹਨੂੰ ਲਊਗਾ ਇਹ ਹੋ ਨਹੀਂ ਸਕਦਾ ਇਹਨੂੰ ਕੋਈ ਲਊਗਾ ਇਹ ਮੈਂ ਗਰੰਟੀ ਕਹਿੰਦਾ ਕਿਉਂਕਿ ਜੱਟ ਭਾਈ ਜੱਟ ਦੇ ਨਾਲ ਖੜੂਗਾ ਹੀ ਖੜੂਗਾ ਵੀਰੇ ਦੇਖ ਮੈਂ ਤਾਂ ਇਹਦੀ ਕਦੇ ਸ਼ਕਲ ਹੀ ਨਹੀਂ ਦੇਖੀ ਮੈਂ ਤਾਂ ਜਿੰਨੀ ਗਰੀ ਦੇਖੇ ਇਹਨੂੰ ਟੀ ਵੀ 'ਤੇ ਦੇਖਿਆ ਬਾਕੀ ਨਾ ਇਹਨੂੰ ਬੋਲਣ ਦਾ ਪਤਾ ਹੈ ਜਿਹੜੇ ਕਾਨੂੰਨਾਂ ਨੂੰ ਕਹਿੰਦਾ ਵੀ ਇਹ ਕਾਨੂੰਨ ਚੰਗੇ ਨੇ ਜੇ ਤਾਂ ਇਹ ਖੇਤੀ ਕੀਤੀ ਹੋਵੇ ਫਿਰ ਤਾਂ ਇਹਨੂੰ ਪਤਾ ਹੋਵੇ ਜੇ ਖੇਤ ਨਾਲ ਜੁੜਿਆ ਹੋਵੇ ਕਿਉਂਕਿ ਇਹ ਤਾਂ ਸਿਆਸਤ ਨਾਲ ਜੁੜਿਆ ਹੋਇਆ ਹੈਗਾ ਭਰਾ ਇਹਦਾ ਇੰਗਲੈਂਡ ਬੈਠਾ ਗਾ ਇਹ ਦਿੱਲੀ ਕਿਤੇ ਚੰਡੀਗੜ੍ਹ ਮਾਂ ਦੀ ਰੁਲ ਕੇ ਮਰੀ ਹੈ ਇਹਦਾ ਇੰਨਾ ਮਿਸਬਿਹੇਵੀ ਹੈ ਇਹਦੇ ਥਾਂ ਪਾਈਪਲਾਈਨ ਪਈ ਸੀ ਸਾਡੀ ਉਰੇ ਉਹ ਪਾਈਪਲਾਈਨ ਦਾ ਨਹੀਂ ਸਾਨੂੰ ਅੱਜ ਤੱਕ ਇੱਕ ਪੈਸਾ ਨਹੀਂ ਦਿੱਤਾ ਉੱਥੋਂ ਸਾਨੂੰ ਚੰਡੀਗੜ੍ਹ ਅਫਸਰਾਂ ਦਾ ਫੋਨ ਆਇਆ ਬਾਈ ਨੂੰ ਸਾਡੇ ਦੂਸਰੇ ਨੂੰ ਉਹ ਕਹਿੰਦੇ ਵੀ ਤੁਸੀਂ ਇਹਦੀ ਪਾਈਪਲਾਈਨ ਕਿਉਂ ਰੋਕੀ ਆ ਅਸੀਂ ਉਹਨੂੰ ਦੱਸਿਆ ਵੀ ਇੱਕ ਜਿਵੇਂ ਮੰਨ ਕੇ 1 ਕਰੋੜ ਦੇ ਵਿੱਚ 20 ਲੱਖ ਰੁਪਇਆ ਪਿੰਡ ਨੇ ਦੇਣਾ ਹੁੰਦਾਗਾ 80 ਲੱਖ ਦਿੰਦੀ ਹੈ ਗਵਰਨਮੈਂਟ ਮੰਨ ਲਓ ਉਹ ਅਸੀਂ ਪਰ ਏਕੜ ਦੇ ਹਿਸਾਬ ਨਾਲ ਉਹਨੂੰ ਡਿਵਾਈਡ ਕਰ ਦਿੰਦੇ ਹਾਂ ਵੀ 1 ਕਿੱਲੇ ਨੂੰ ਕਿੰਨੇ ਪੈਸੇ ਆਏ ਉਹਨੇ ਇਹ ਪੈਸੇ ਦਿੱਤੇ ਨਹੀਂ ਜਦੋਂ ਅਸੀਂ ਉਹ ਅਫਸਰ ਨੂੰ ਦੱਸਿਆ ਕਿ ਉਹ ਕਹਿੰਦਾ ਯਾਰ ਇੰਨਾ ਗਿਰਿਆ ਹੋਇਆ ਬੰਦਾ ਵੀ ਇਹਨੇ ਉਹ ਪੈਸੇ ਵੀ ਨਹੀਂ ਦਿੱਤੇ ਥੋੜ੍ਹੇ ਜਿਹੇ ਰੁਪਈਏ ਸੀ ਉਹ ਅੱਜ ਤੱਕ ਵੀ ਨਹੀਂ ਇਹਨੇ ਦਿੱਤੇ ਆਹ ਕਿਸਾਨ ਹੈ ਇਹ ਮਹਾਵੀਰਾ ਫੁੱਲ ਸਵਾਗਤ ਹੋਊਗਾ ਤੂੰ ਦੇਖੀ ਸਹੀ ਇਹਦੇ ਹਾਰ ਪੈਣਗੇ ਵੜ ਕੇ ਦੇਖੇ ਪਿੰਡ 'ਚ ਇਹ ਇਲੈਕਸ਼ਨ ਲੜਨ ਦੀ ਗੱਲ ਕਰਦਾ ਇਹਨੂੰ ਅਸੀਂ ਐਮ ਸੀ ਦੀ ਵੋਟਾਂ 'ਚ ਨਹੀਂ ਜਿੱਤਣ ਦਿੰਦੇ ਵੱਡੀਆਂ ਵੱਡੀਆਂ ਵੋਟਾਂ ਨੇ ਛੱਡ ਦੇ ਖੜਾ ਇਹ ਸਾਡੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਬਾਈਕਾਟ ਕੀਤਾ ਗਿਆ ਪਰ ਅਸੀਂ ਇੱਥੇ ਹੁਣ ਜਿਹੜੇ ਸ਼ਾਮਲ ਹਾਂ ਉਹ 3-4 ਜਥੇਬੰਦੀਆਂ ਅਤੇ ਬਾਕੀ ਹਜੇ ਸਾਰੇ ਸਮੁੱਚੇ ਅਸੀਂ ਪਿੰਡ ਵੱਲੋਂ ਜੇ ਇੱਥੇ ਗੋਬਿੰਦਪੁਰਾ ਪਿੰਡ ਮਣਿਆ ਪੰਚਾਇਤ ਕਾਲਗੜ੍ਹ 'ਚ ਅਸੀਂ ਖੜ੍ਹੇ ਹਾਂ ਅਤੇ ਸਮੁੱਚਾ ਧਨੌਲਾ ਸਾਡੇ ਨਾਲ ਅਸੀਂ ਸਾਰੇ ਹਰਜੀਤ ਗਰੇਵਾਲ ਦੇ ਖਿਲਾਫ ਵੱਡੇ ਵੱਡੇ ਬੋਰਡ ਲਾਏ ਹੈ ਕਿ ਇਹਦੀ ਜ਼ਮੀਨ ਕੋਈ ਠੇਕੇ 'ਤੇ ਨਾ ਲਵੇ ਕੋਈ ਵੀ ਇਹਦਾ ਹੱਥ ਬੰਨ ਕੇ ਬੇਨਤੀ ਹੈ ਕੋਈ ਵੀ ਇਹਦੀ ਜ਼ਮੀਨ ਹਿੱਸੇ ਜਾਂ ਠੇਕੇ 'ਤੇ ਨਾ ਲਵੇ ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ ਇਹਦਾ ਬਾਈਕਾਟ ਇਸ ਕਰਕੇ ਕੀਤਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਇੱਕ ਬੁਲਾਰਾ ਹੈ ਬੁਲਾਰਾ ਸਾਡੇ ਪੰਜਾਬ ਦੀ ਖਾਤਰ ਜਦੋਂ ਸਾਡੀਆਂ ਜ਼ਮੀਨਾਂ ਜਾਂਦੀਆਂ ਉਦੋਂ ਇਹ ਕਹਿੰਦਾ ਬੜੇ ਵਧੀਆ ਬਿੱਲ ਨੇ ਇਹ ਜਿਹੜੇ 3 ਬਿੱਲ ਨੇ ਕਾਲੇ ਕਾਨੂੰਨ ਕਹਿੰਦੇ ਹਾਂ ਜਿਸ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਹਾਂ ਜਿਸ ਨੂੰ ਉਹਨਾਂ ਨੂੰ ਇਹ ਵਧੀਆ ਕਹਿੰਦਾ ਇਹ ਲੋਕਾਂ ਨੂੰ ਆਪਣੇ ਟੀ ਵੀ 'ਤੇ ਵਹਾ ਕੇ ਬਹੁਤ ਵਧੀਆ ਕਹਿੰਦਾ ਆਪਦੀ ਭਾਰਤੀ ਜਨਤਾ ਪਾਰਟੀ ਦੇ ਕਰਤਾ ਕਰਨ ਨੇ ਜਿਹੜੇ ਉਹਨਾਂ ਨੂੰ ਸੱਦ ਕੇ ਕਹਿੰਦਾ 10 ਕਿਸਾਨ ਜਥੇਬੰਦੀਆਂ ਇਹ ਸਾਡੇ ਨਾਲ ਨੇ ਇਹ ਨਹੀਂ ਸਾਨੂੰ ਸਮਝ ਆਉਂਦੀ ਉਹ ਜਥੇਬੰਦੀਆਂ ਦਾ ਨਾਂ ਵੀ ਦੱਸ ਦੇਣ ਅੱਜ ਤੱਕ ਇਹ ਜੇ ਕਿਹੜੀਆਂ ਕਿਹੜੀਆਂ ਇਹ ਜਥੇਬੰਦੀਆਂ ਇਹ ਸਭ ਝੂਠ ਬੋਲਦੀ ਹੈ ਭਾਰਤੀ ਜਨਤਾ ਪਾਰਟੀ ਅੰਮ੍ਰਿਤ ਸ਼ਾਹ ਚਾਹੇ ਆਪਣਾ ਜਿਹੜਾ ਖੇਤੀਬਾੜੀ ਮੰਤਰੀ ਹੈ ਧੁੰਮਲ ਅਤੇ ਆਪਣੇ ਰੇਲ ਮੰਤਰੀ ਕੈਸ਼ ਕੋਲ ਅਤੇ ਸਾਰੇ ਝੂਠ ਬੋਲ ਰਹੇ ਆ ਇਹ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਨਗਰ ਹੈ ਜੋ ਧਨੌਲੇ ਦੇ ਆਸੇ ਪਾਸੇ ਪਿੰਡ ਨੇ ਉਹਨਾਂ ਵੱਲੋਂ ਹਰਜੀਤ ਸਿੰਘ ਗਰੇਵਾਲ ਦੇ ਖਿਲਾਫ਼ ਜੋ BJP ਦਾ ਇੱਕ ਆਗੂ ਆ ਉਸਦੇ ਖਿਲਾਫ਼ ਇੱਕ ਅਸੀਂ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਐਲਾਨ ਕੀਤਾ ਵੀ ਜੋ ਇਸਦੀ ਜ਼ਮੀਨ ਹੈ ਇੱਥੇ ਧਨੌਲੇ ਦੇ ਵਿੱਚ ਜਾਂ ਆਸੇ ਪਾਸੇ ਪਿੰਡਾਂ ਦੇ ਵਿੱਚ ਉਸ ਦੇ ਵਿੱਚ ਜੋ ਵੀ ਕੋਈ ਠੇਕੇ 'ਤੇ ਲੈਂਦਾ ਤਾਂ ਉਸ ਤੋਂ ਅੱਜ ਤੋਂ ਬਾਅਦ ਠੇਕੇ 'ਤੇ ਨਹੀਂ ਲੈਣ ਦਿੱਤੀ ਜਾਵੇਗੀ ਜ਼ਮੀਨ ਅਤੇ ਜੋ ਕੋਈ ਬਾਕੀ ਵਿਅਕਤੀ ਇਹਦਾ ਜ਼ਮੀਨ 'ਤੇ ਠੇਕਾ ਲੈਂਦਾ ਤਾਂ ਅਸੀਂ ਉਹਨੂੰ ਵਾਹੁਣ ਨਹੀਂ ਦੇਵਾਂਗੇ ਇੱਥੇ ਜ਼ਮੀਨ ਨੂੰ